ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੇ ਨੂੰ ਅਜੇ 2 ਸਾਲ ਹੋਏ ਨੇ। ਸੋ 2 ਸਾਲਾਂ ਦੇ ਵਿੱਚ ਅਸੀਂ ਹਰ ਖੇਤਰ ਦੇ ਵਿੱਚ ਜਿਹੜਾ ਆ ਉਹ ਕੰਮ ਜਿਹੜੇ ਆ ਉਹ ਕਰ ਰਹੇ ਹਾਂ। ਜੇ ਐਜੂਕੇਸ਼ਨ ਦਾ ਖੇਤਰ ਦੇਖੋ ਤਾਂ ਸਾਡੇ ਸਕੂਲ ਆਫ ਐਮੀਨੈਂਸ ਬਣ ਰਹੇ ਨੇ। ਹੁਣ ਅੱਜ ਅਸੀਂ ਸਿੰਘਾਂਵਾਲਾ ਦੇ ਵਿੱਚ ਜਿਹੜਾ 66 KV ਦਾ ਗ੍ਰਿਡ ਜਿਹੜਾ ਉਹ ਬਣਾਉਣ ਜਾ ਰਹੇ ਹਾਂ, ਔਰ ਇੱਕ 220 KV ਦਾ ਜਿਹੜਾ ਗ੍ਰਿਡ ਆਲਰੇਡੀ ਆ ਉਹਦੇ ਉੱਤੇ ਇੱਕ 100 MVA ਦਾ ਜਿਹੜਾ ਟਰਾਂਸਫਾਰਮਰ ਆ ਉਹ ਲਾ ਰਹੇ ਹਾਂ। ਇੱਕ ਜਿਹੜਾ 66 KV ਦਾ ਬਣਨਾ ਉਹਦੇ ਉੱਤੇ 20 MVA ਦਾ ਟਰਾਂਸਫਾਰਮਰ ਲਾ ਰਹੇ ਹਾਂ, ਤਾਂ ਕਿ ਜਿਹੜਾ ਸਾਡੇ ਓਵਰਲੋਡ ਕੁਝ ਹੈਗੇ ਨੇ ਟਰਾਂਸਫਾਰਮਰ ਫੀਡਰ ਜਿਹੜੇ ਓਵਰਲੋਡ ਨੇ ਉਹਨਾਂ ਨੂੰ ਅੰਡਰਲੋਡ ਕੀਤਾ ਜਾਵੇ, ਤਾਂ ਕਿ ਲੋਕਾਂ ਨੂੰ ਸਪਲਾਈ ਜਿਹੜੀ ਆ ਬਿਜਲੀ ਦੀ ਬਿਹਤਰ ਮਿਲ ਸਕੇ। ਸੋ ਇਸ ਕੰਮ ਵਾਸਤੇ ਮਾਨ ਸਾਹਿਬ ਨੇ 14 ਕਰੋੜ ਰੁਪਏ ਨੇ ਜਿਹੜੇ ਅੱਜ ਉਹ ਜਾਰੀ ਕੀਤੇ ਨੇ ਮੋਗੇ ਜ਼ਿਲ੍ਹੇ ਵਾਸਤੇ। ਸੋ ਇਹਦੇ ਨਾਲ ਸਾਡੇ ਜਿੰਨੇ ਵੀ ਇਲਾਕੇ ਦੇ ਲੋਕ ਨੇ ਉਹਨਾਂ ਨੂੰ, ਜਿੰਨੇ ਵੀ ਖਪਤਕਾਰ ਨੇ, ਚਾਹੇ ਉਹ ਐਗਰੀਕਲਚਰ ਦੇ ਨੇ, ਚਾਹੇ ਇੰਡਸਟਰੀ ਦੇ ਨੇ, ਚਾਹੇ ਉਹ ਘਰੇਲੂ ਖਪਤਕਾਰ ਨੇ, ਸਾਰਿਆਂ ਨੂੰ ਇਹਦੇ ਨਾਲ ਕਾਫੀ ਫਾਇਦਾ ਹੋਏਗਾ। ਬਿਜਲੀ ਨਿਰਵਿਘਨ ਸਪਲਾਈ ਬਿਜਲੀ ਦੀ ਜਿਹੜੀ ਆ ਉਹ ਸਭ ਨੂੰ ਦਿੱਤੀ ਜਾ ਸਕੂ। ਟ੍ਰਾਂਸਫਰਸ ਦੀ ਗੱਲ ਕੀਤੀ ਸੀ ਉਹ? ਹਾਂਜੀ ਬਿਲਕੁਲ, ਅਸੀਂ ਮੋਬਾਈਲ ਟ੍ਰਾਂਸਫਾਰਮਰ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਹਾਂ। ਅਸੀਂ ਸਪੈਸ਼ਲ ਵੈਨਸ ਬਣਾਈਆਂ ਨੇ, ਉਹਨਾਂ ਦੇ ਉੱਤੇ ਟ੍ਰਾਂਸਫਾਰਮਰ ਜਿਹੜੇ ਆ ਉਹ ਲੱਗੇ ਹੋਣਗੇ। ਜਿੱਥੇ ਵੀ ਸਾਡਾ ਟ੍ਰਾਂਸਫਾਰਮਰ ਕੋਈ ਡੈਮੇਜ ਹੁੰਦਾ ਆ ਉੱਥੇ ਅਸੀਂ ਪਹਿਲਾ ਟ੍ਰਾਂਸਫਾਰਮਰ ਲਾ ਕੇ ਇਮੀਡੀਏਟ ਸਪਲਾਈ ਜਿਹੜੀ ਆ ਉਹ ਇਲਾਕੇ ਨੂੰ ਸ਼ੁਰੂ ਕਰ ਦਾਂਗੇ, ਵੇਲੇ ਸ਼ੁਰੂ ਕਰ ਦਿੱਤੀ ਜਾਊਗੀ। ਜਿੰਨਾ ਚਿਰ ਤੱਕ ਨਵਾਂ ਟ੍ਰਾਂਸਫਾਰਮਰ ਉੱਥੇ ਨਹੀਂ ਆਉਂਦਾ ਜਾਂ ਰਿਪੇਅਰ ਹੋ ਕੇ ਨਹੀਂ ਲੱਗਦਾ, ਉਹਨਾਂ ਚਿਰ ਉਹ ਮੋਬਾਈਲ ਟ੍ਰਾਂਸਫਾਰਮਰ ਤੋਂ ਸਪਲਾਈ ਜਾਰੀ ਰਹੂਗੀ। ਅਸੀਂ ਮੋਗਾ ਜ਼ਿਲ੍ਹੇ ਵਾਸਤੇ ਵੀ 3 ਮੋਬਾਈਲ ਟ੍ਰਾਂਸਫਾਰਮਰ ਜਿਹੜੇ ਨੇ ਉਹ ਦੇ ਦਿੱਤੇ ਨੇ। 772 ਕਰੋੜ ਰੁਪਇਆ ਹੁਣ ਉਹਦੇ ਫਾਇਦੇ ਜਾਂ ਪਹਿਲਾਂ ਘੱਟ ਚੁੰਦਾ ਸੀ? ਹਾਂ ਦੇਖੋ, ਰਿਵਿਊ ਜਿਹੜਾ ਉਹ ਕੁਆਟਰਲੀ ਹੁੰਦਾ ਆ ਬਿਜਲੀ ਵਿਭਾਗ ਦਾ। ਸੋ ਪਹਿਲਾਂ 30 ਸਪਤੰਬਰ ਤੱਕ 562 ਕਰੋੜ ਰੁਪਏ ਮੁਨਾਫੇ ਦੇ ਵਿੱਚ ਸੀਗਾ ਬਿਜਲੀ ਵਿਭਾਗ। ਇਸ ਵਾਰੀ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਦੱਸਿਆ ਸੀਗਾ ਕਿ 31 ਦਸੰਬਰ 2023 ਤੱਕ 772 ਕਰੋੜ ਰੁਪਏ ਮੁਨਾਫੇ ਦੇ ਵਿੱਚ ਬਿਜਲੀ ਵਿਭਾਗ ਜਿਹੜਾ ਆ ਉਹ ਆ ਚੁੱਕਾ। ਅਸੀਂ ਫ੍ਰੀ ਬਿਜਲੀ ਵੀ ਜਾਰੀ ਰੱਖੀ ਆ 600 ਯੂਨਿਟ ਤੱਕ ਘਰੇਲੂ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਬਿਜਲੀ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਇੰਡਸਟਰੀ ਨੂੰ ਜਿਹੜੀ ਸਬਸਿਡੀ ਦਿੰਦੇ ਸੀਗੇ ਉਹ ਅਸੀਂ ਪੂਰੀ ਤਰ੍ਹਾਂ ਉਸੇ ਤਰ੍ਹਾਂ ਜਾਰੀ ਰੱਖੀ ਆ। ਰਾਦਰ ਅਸੀਂ ਇੱਕ ਹੋਰ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਕਿ GVK ਗੋਇੰਦਵਾਲ ਥਰਮਲ ਪਲਾਂਟ ਸੀ, ਜਿਹਦਾ ਨਾਂ GVK ਸੀ, ਉਹਨੂੰ ਅਸੀਂ 1080 ਕਰੋੜ ਰੁਪਏ ਦੇ ਵਿੱਚ ਖਰੀਦ ਕੇ ਸਰਕਾਰੀ ਕਰ ਲਿਆ। ਇਹ ਪੂਰੇ ਭਾਰਤ ਦੇ ਵਿੱਚ ਇਹ ਪਹਿਲੀ ਉਦਾਹਰਨ ਆ ਕਿ ਜਦੋਂ ਕਿਸੇ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਕੀਤਾ ਹੋਵੇ। 540 MW ਦਾ ਇਹ ਥਰਮਲ ਪਲਾਂਟ ਆ, ਮਹਿਜ਼ 2 ਕਰੋੜ ਰੁਪਏ ਪਰ ਮੈਗਾਵਾਟ ਦੀ ਲਾਗਤ ਦੇ ਨਾਲ ਖਰੀਦਿਆ ਗਿਆ, ਜਦਕਿ ਅੱਜ ਨਵਾਂ ਕੋਈ ਥਰਮਲ ਪਲਾਂਟ ਬਣਾਉਣਾ ਹੋਵੇ ਤਾਂ ਇੱਕ ਮੈਗਾਵਾਟ 'ਤੇ 8.5 ਕਰੋੜ ਰੁਪਇਆ ਜਿਹੜਾ ਆ ਉਹ ਖਰਚਾ ਆਉਂਦਾ। ਇਹਦੇ ਨਾਲ ਸਾਨੂੰ ਜਿਹੜੀ ਆ 1100 ਏਕੜ ਜ਼ਮੀਨ ਦੇ ਵਿੱਚ ਉਹ ਥਰਮਲ ਪਲਾਂਟ ਲੱਗਿਆ, 700 ਏਕੜ ਦੇ ਵਿੱਚ ਉਹ ਕੰਮ ਕਰ ਰਿਹਾ ਪਲਾਂਟ, 400 ਏਕੜ ਜ਼ਮੀਨ ਸਾਨੂੰ ਹੋਰ ਮਿਲੀ ਆ। ਅਸੀਂ ਉਹਦੇ 'ਤੇ ਵੀ ਕੋਈ ਨਵਾਂ ਸੋਲਰ ਦਾ ਜਾਂ ਕੋਈ ਹੋਰ ਪ੍ਰੋਜੈਕਟ ਲਾਉਣ ਦੀ ਤਜਵੀਜ਼ ਜਿਹੜੀ ਆ ਸਰਕਾਰ ਦੇ ਵਿਚਾਰ ਅਧੀਨ ਆ। ਲੋਕ ਸਭਾ ਦੀਆਂ ਜਿਹੜੀਆਂ ਸਾਡੀਆਂ 13 ਸੀਟਾਂ ਨੇ ਉਹਦੇ 'ਤੇ ਜਲਦ ਹੀ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦਾ ਜਿਹੜਾ ਐਲਾਨ ਕਰਨ ਜਾ ਰਹੀ ਆ, ਔਰ ਅਸੀਂ ਸਾਡੇ ਕੋਲ ਰਿਪੋਰਟਾਂ ਨੇ, ਅਸੀਂ ਵਿਸ਼ਵਾਸ ਵੀ ਆ ਕਿ ਅਸੀਂ ਜਿੰਨੇ ਕੰਮ ਇਹ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਕੀਤੇ ਨੇ ਲੋਕ ਬਹੁਤ ਭਰਵਾਂ ਪਿਆਰ ਦੇਣਗੇ, ਹੁੰਗਾਰਾ ਦੇਣਗੇ, ਔਰ ਪੰਜਾਬ ਦੇ ਵਿੱਚ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਹਾਸਲ